ਬੈਟਰੀ ਡਾਊਨ ਹੋ ਜਾਂਦੀ ਇਹਦੀ, ਚਾਰਜ ਨਹੀਂ ਕਰਦਾ ਮੋਟਰਸਾਈਕਲ, ਜੋ ਵੀ ਵਜ੍ਹਾ ਹੈਗੀਆਂ ਤੁਹਾਡੇ ਸਾਹਮਣੇ ਰੱਖਦੇ ਹਾਂ ਆਪਾਂ। ਆ ਰੈਕਟੀਫਾਇਰ ਦੀਆਂ ਤਾਰਾਂ ਇਹ ਮੈਗਨੇਟ ਕੋਇਲ ਦੇ ਨਾਲ ਲੱਗੀਆਂ ਹੋਈਆਂ, ਅਤੇ ਵਾਈਟ ਦੇ ਵਿੱਚ ਜਿਹੜੀ ਰੈੱਡ ਧਾਰੀ ਵਾਲੀਆਂ, ਇਹ ਆਪਾਂ ਚੈੱਕ ਕਿਵੇਂ ਕਰਨੀ ਹੈ, ਇਹਦੇ ਵਿੱਚ ਆਪਾਂ ਬਲਬ ਹੋਲਡਰ ਲਾ ਕੇ ਦੇਖਣਾ। ਇਹ ਰੈਕਟੀਫਾਇਰ ਦੇ ਨੂੰ ਜਿਹੜੀਆਂ ਮੈਗਨੇਟ ਕੋਇਲ ਕਰੰਟ ਦਿੰਦੀ ਆ ਉਹ ਸਹੀ ਹੈ ਇਹਦੀ, ਪਹਿਲਾਂ ਇੱਥੋਂ ਚੈੱਕ ਕਰ ਲੈਣਾ। ਆ ਦੋ ਵਾਇਰਾਂ ਜਿਹੜੀਆਂ ਵਾਈਟ ਅਤੇ ਰੈੱਡ, ਜਿਹਦੇ ਵਿੱਚ ਰੈੱਡ ਧਾਰੀ ਹੈਗੀ ਹੈ, ਇਹ ਇਨਪੁੱਟ ਆ ਇਹ ਤਾਰਾਂ ਦੀ। ਆਊਟਪੁੱਟ ਵਿੱਚ ਆਪਾਂ ਕਰੰਟ ਵੇਖਣਾ ਬਈ ਰੈਕਟੀਫਾਇਰ ਇੱਧਰੋਂ ਕਰੰਟ ਲੈ ਕੇ ਆਊਟਪੁੱਟ ਕੱਢਦਾ ਕਿ ਨਹੀਂ ਕੱਢਦਾ, ਉਸ ਤੋਂ ਬਾਅਦ ਆਪਾਂ ਇਨਪੁੱਟ ਨੂੰ ਲਾ ਕੇ ਆਊਟਪੁੱਟ ਇਹਦੀ ਚੈੱਕ ਕਰਨੀ ਹੈਗੀ ਹੈ। ਇਹਦੀ ਆਊਟਪੁੱਟ ਆ ਬਿਲਕੁਲ ਸਹੀ ਆਊਟਪੁੱਟ ਆ ਰਹੀ ਹੈ। ਰੈਕਟੀਫਾਇਰ ਅਤੇ ਮੈਗਨੇਟ ਕੋਇਲ ਦੋਨਾਂ ਵਿੱਚ ਕੋਈ ਪ੍ਰੋਬਲਮ ਨਹੀਂ ਆਈ, ਇਹਦੀ ਕੋਈ ਤਾਰ ਟੁੱਟੀ ਆ, ਸਿਰਫ ਇੰਨੀ ਕੁ ਵਜ੍ਹਾ ਹੈ ਜਿਹਦੇ ਨਾਲ ਮੋਟਰਸਾਈਕਲ ਦੀ ਬੈਟਰੀ ਚਾਰਜ ਨਹੀਂ ਹੋ ਰਹੀਗੀ। ਅਤੇ ਇਹਦੇ ਜੈੱਕ ਦੇ ਵਿੱਚੋਂ ਆਪਾਂ ਤਾਰ ਚੈੱਕ ਕਰਦੇ ਹਾਂ, ਇਹਦੇ ਕਪਲਰ ਦੇ ਵਿੱਚੋਂ ਕਈ ਵਾਰ ਇੱਦਾਂ ਦੇਖੋ ਇੱਦਾਂ ਤਾਰ ਚੈੱਕ ਕਰ ਲਓ। ਆਹ ਦੇਖੋ ਉਹਦੀ ਆਊਟਪੁੱਟ ਜਿਹੜੀ ਅੰਪੇਅਰ ਮੀਟਰ ਤੋਂ ਮੁੜਨੀ ਸੀ ਉੱਥੋਂ ਇਹ ਆਹ ਤਾਰ ਕਰੈਕ ਹੋ ਗਈ, ਸਿਰਫ ਇੰਨੀ ਕੁ ਵਜ੍ਹਾ ਨਾਲ ਮੋਟਰਸਾਈਕਲ ਦੀ ਬੈਟਰੀ ਚਾਰਜ ਨਹੀਂ ਹੋ ਰਹੀ ਸੀਗੀ। ਅਤੇ ਇਹਨੂੰ ਆਪਾਂ ਕੀ ਕਰਨਾ, ਇਹਨੂੰ ਆਪਾਂ ਸਹੀ ਕਰਕੇ ਜੋੜ ਲਾ ਦੇਣਾ ਅਤੇ ਮੋਟਰਸਾਈਕਲ ਦੀ ਬੈਟਰੀ ਆਪਣੇ ਆਪ ਚਾਰਜ ਹੋਣ ਲੱਗ ਪਊਗੀ, ਨਾ ਇਹਦੇ ਮੈਗਨੇਟ ਕੋਇਲ ਵਿੱਚ ਕੋਈ ਪ੍ਰੋਬਲਮ ਆਈ ਨਾ ਰੈਕਟੀਫਾਇਰ ਵਿੱਚ, ਸਿਰਫ ਇਹਨਾਂ ਚੀਜ਼ਾਂ 'ਚ ਥੋੜ੍ਹੀ ਥੋੜ੍ਹੀ ਪ੍ਰੋਬਲਮ ਆਉਂਦੀ ਹੈ, ਇਹਦੇ ਕਰਕੇ ਚਾਰਜਿੰਗ ਰੁਕ ਜਾਂਦੀ ਹੈ ਇਹਨਾਂ ਦੀ।